ਸਤਿਸ਼ਕਾਲ ਜੀ ਸਾਰਿਆਂ ਨੂੰ, ਕਿੱਦਾਂ ਸਾਰੇ ਠੀਕ ਠਾਕ? ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ। ਗਾਈਸ, ਮੈਂ ਤੁਹਾਨੂੰ ਅੱਜ ਜੋ ਵੀਡੀਓ ਦਿਖਾਣ ਜਾ ਰਹੀ ਆ, ਬਿਕੋਜ਼ ਗਾਈਸ ਕੱਲ ਰਾਤੀ ਬਹੁਤ ਜ਼ਿਆਦਾ ਤੂਫਾਨ ਆ ਗਿਆ ਸੀ, ਮੀਂਹ ਵੀ ਬਹੁਤ ਆਇਆ ਸੀ ਤੇ ਸਾਡਾ ਜੋ ਪੂਲ ਸੀ ਉਹ ਬਹੁਤ ਜ਼ਿਆਦਾ ਗੰਦਾ ਹੋ ਗਿਆ ਸੀ। ਤੇ ਅੱਜ ਹੁਣ ਅਸੀਂ ਤੁਹਾਨੂੰ ਵਿਖਾਣ ਜਾ ਰਹੇ ਹਾਂ ਸਾਡੇ ਪੂਲ ਦੀ ਸਫਾਈ ਦੀ ਵੀਡੀਓ। ਗਾਈਸ, ਤੁਸੀਂ ਵੀ ਆਪਣੀ ਮੰਮਾ ਦੀ ਐਵੇਂ ਹੈਲਪ ਕਰਿਆ ਕਰੋ, ਸਫਾਈ ਕਰਿਆ ਕਰੋ, ਇਟ ਇਜ਼ ਅ ਗੁੱਡ ਹੈਬਿਟ। ਚਲੋ ਵੇਖੋ ਫਿਰ ਸਾਡੀ ਪੂਲ ਦੀ ਸਫਾਈ ਵੀਡੀਓ। ਰਾਤ ਬਾਰਿਸ਼ ਹੋਈ ਸੀ ਬਹੁਤ ਜ਼ਿਆਦਾ ਤੂਫਾਨ, ਅਤੇ ਹੁਣ ਸੀਰਤ ਅਤੇ ਫਤਿਹ ਦੋਨੋਂ ਹੈਲਪ ਕਰਵਾ ਰਹੇ ਨੇ ਸਫਾਈ ਵਿੱਚ ਮੇਰੀ। ਮੈਂ ਸੋਚਿਆ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੀ ਇਹ ਵੀ। ਵੈਰੀ ਗੁੱਡ ਸੀਰਤ, ਸਾਰਾ ਇਹਨਾਂ ਨੇ ਪੋਰਚ ਸਾਫ਼ ਕਰ ਦਿੱਤਾ, ਇਹਦੇ ਇੱਥੇ ਬੁਰਾ ਹਾਲ ਸੀ, ਮਿੱਟੀ ਮਿੱਟੀ। ਵੈਰੀ ਗੁੱਡ, ਸ਼ਾਬਾਸ਼, ਪਤਾ ਚੰਗੀ ਤਰ੍ਹਾਂ। ਪਤਾ ਤਾਂ ਡਨ ਹੋ ਗਿਆ ਸਾਰਾ ਕੰਮ। ਸੀਰਤ ਚੱਲ ਜਲਦੀ ਡਨ ਕਰ ਤੂੰ ਵੀ ਆਪਣਾ। ਸ਼ਾਬਾਸ਼ ਸ਼ਾਬਾਸ਼, ਫ੍ਰੀ ਨਹੀਂ ਪੂਲ ਸਾਫ਼ ਕਰਨਾ? ਹਾਂ, ਅਸੀਂ ਤਾਂ ਇੱਕ ਮਿੰਟ ਲਾਉਂਦੇ ਹਾਂ। ਮੈਨੂੰ ਤਾਂ ਬਹੁਤ ਮਜ਼ਾ ਆਉਂਦਾ ਪੂਲ ਸਾਫ਼ ਕਰਨ ਲੱਗਿਆਂ, ਤੇ ਮੈਨੂੰ ਵਾਈਪਰ ਮਾਰਨ ਲੱਗਿਆ ਬੜਾ ਮਜ਼ਾ ਆਉਂਦਾ। ਮੈਨੂੰ ਘਰ ਦਾ ਮੰਗਾ, ਅਸੀਂ ਪਾਣੀ ਕੱਢ ਲਿਆ ਫਿਰ ਸਾਫ਼ ਕਰਾਂਗੇ। ਸ਼ਾਬਾਸ਼, ਵੈਰੀ ਗੁੱਡ ਮੇਰੇ ਸੋਹਣੇ ਬੱਚੇ, ਬੜੇ ਸਿਆਣੇ ਨੇ ਮੇਰੇ ਬੱਚੇ ਦੋਨੋਂ। ਗੁਰਸੀਰਤ ਨੇ ਸਿਰ ਤੇ ਐਲੋਵੇਰਾ ਐਂਡ ਦਹੀਂ ਲਗਾਇਆ ਹੋਇਆ, ਬਹੁਤ ਅੱਛਾ ਹੁੰਦਾ ਹੈ ਸਿਰ ਵਾਸਤੇ, ਹੈਲਦੀ ਹੇਅਰ ਲਈ। ਹੁਣ ਇਹਦੇ ਹੇਅਰ ਵਾਸ਼ ਕਰਾਂਗੇ। ਖੋਲ ਦੇ ਖੋਲ ਦੇ, ਸ਼ਾਬਾਸ਼, ਵੈਰੀ ਗੁੱਡ। ਫਿਰ ਬਸ ਆ ਜਾਓ, ਹੁਣ ਇਹ ਪੂਲ ਸਾਫ਼ ਕਰਨਗੇ ਦੋਨੋਂ ਭੈਣ ਭਰਾ। ਦੋਨੋਂ ਬਹੁਤ ਸੋਹਣਾ ਪੂਲ ਸਾਰਾ ਸਾਫ਼ ਕਰ ਦਿੰਦੇ ਨੇ। ਇਹ ਸਾਡੇ ਯੋਗਾ ਮੈਟ, ਸਵੇਰੇ ਡੇਲੀ ਯੋਗਾ ਹੁੰਦਾ, ਸਾਰੀ ਫੈਮਿਲੀ ਯੋਗਾ ਕਰਦੇ ਹਾਂ। 6 ਵਜੇ ਤੋਂ 8 ਵਜੇ ਤੱਕ ਸਾਡਾ ਯੋਗਾ ਚੱਲਦਾ। ਹੁਣ ਆ ਦੇਖੋ ਗਾਈ ਸਾਡੇ ਪੂਲ ਦਾ ਹਾਲ, ਰਾਤ ਤੂਫਾਨ ਨੇ ਕੀ ਕਰ ਦਿੱਤਾ। ਹਾਂ, ਫਤਿਹ ਦੇ ਪੀਜਨ, ਫਤਿਹ ਦੇ ਪੀਜਨ ਵੀ ਰੱਖੇ ਹੋਏ ਨੇ, ਮਾਮੂ ਇਹਨੂੰ ਗਿਫਟ ਦੇ ਕੇ ਗਏ ਸਨ, ਹੈ ਨਾ ਫਤਿਹ। ਚਲੋ ਹੁਣ ਚੱਪਲ ਉਤਾਰੋ ਅਤੇ ਵੜ ਜਾਓ ਪੂਲ ਸਫਾਈ ਕਰੋ। ਸਾਡੀ ਟਿਊਬ ਜੋ ਕਿ ਪੈਂਚਰ ਹੋ ਚੁੱਕੀ ਹੈ, ਸਾਡੇ ਕੋਲ ਦੋ ਸਨ, ਇੱਕ ਫਤਿਹ ਦੀ ਸੀ ਅਤੇ ਆ ਮੇਰੀ ਹੈ। ਫਤਿਹ ਦੀ ਤਾਂ ਪਹਿਲਾਂ ਹੀ ਪੈਂਚਰ ਹੋ ਗਈ ਸੀ ਅਤੇ ਮੇਰੀ ਹੁਣ ਪੈਂਚਰ ਹੋ ਚੁੱਕੀ ਹੈ। ਚਲੋ ਹੁਣ ਇਹਨੂੰ ਇੱਕ ਸਾਈਡ 'ਤੇ ਰੱਖੋ, ਹੁਣ ਮੈਂ ਇਹਨੂੰ ਚੁੱਕ ਲਾਂ ਅਤੇ ਆਪਣਾ ਸਫਾਈ ਅਭਿਆਨ ਸਟਾਰਟ ਕਰੋ। ਪਤਾ ਨਹੀਂ ਕੀ ਰੱਸੀ ਕੀ ਪਿਆ, ਰਾਤੀ ਬਹੁਤ ਜ਼ਿਆਦਾ ਤੂਫਾਨ ਆਇਆ ਸੀ, ਅੱਜ ਕੱਲ੍ਹ ਤਾਂ ਆ ਨਹੀਂ ਰਹੇ ਬਿਕੋਜ਼ ਤੂਫਾਨ, ਡੇਲੀ ਤੂਫਾਨ ਆ ਜਾਂਦਾ, ਸਾਡਾ ਪੂਲ ਡੇਲੀ ਗੰਦਾ ਹੋ ਜਾਂਦਾ। ਚੁੱਕੋ ਤੂਫਾਨ ਨਹੀਂ ਆਉਂਦਾ, ਬਸ ਗਰਮੀਆਂ 'ਚ ਹੀ ਆਉਂਦਾ। ਚਲੋ ਫਿਰ ਬੇਟਾ ਜੀ ਹੁਣ ਸਫਾਈ ਕਰੋ ਸਾਰੀ, ਇਹ ਹੋਰ ਸਾਫ਼ ਕਰੋ। ਮੈਂ ਅੰਦਰੋਂ ਸਫਾਈ ਕਰਨੀ ਹੈ, ਤੁਸੀਂ ਇਹਦੀ ਬਾਹਰੋਂ, ਮੈਂ ਅੰਦਰ ਰੂਮ ਸਾਫ਼ ਕਰਾਂ, ਪੋਚੇ ਲਗਾਵਾਂ, ਤਾਂ ਤੁਸੀਂ ਪੂਲ ਸਾਫ਼ ਕਰੋ। ਓਕੇ ਓਕੇ, ਬਾਏ। ਮੈਂ ਹੁਣੇ ਆਉਂਦੀ ਹਾਂ ਤੁਹਾਡੇ ਕੋਲ ਫਿਰ, ਠੀਕ ਹੈ? ਦੇਖਣ ਲਈ ਤੁਹਾਨੂੰ ਆਵਾਂਗੀ। ਵੈਰੀ ਗੁੱਡ, ਵੈਰੀ ਗੁੱਡ, ਸ਼ਾਬਾਸ਼, ਮੇਰੇ ਬੱਚੇ ਬੜੇ ਸੋਹਣੀ ਤਰ੍ਹਾਂ ਸਾਫ਼ ਕਰ ਰਹੇ ਹਨ। ਉੱਪਰੋਂ ਵੀ ਕਰੋ ਨਾ, ਸਿਰ ਤੋਂ ਉੱਪਰੋਂ ਵੀ, ਹਾਂ ਇੱਥੋਂ ਸਿਰ ਤੋਂ ਇੱਥੇ ਸਾਰੇ ਆ। ਹਾਂ ਸ਼ਾਬਾਸ਼, ਜੇ ਕਿੰਨੀ ਮਿੱਟੀ ਤੇ ਸਾਰੀ ਪੂਲ 'ਚ ਜਾਏਗੀ। ਵੈਰੀ ਗੁੱਡ ਸ਼ਾਬਾਸ਼, ਟੈਂਕੀ ਵੀ ਭਰੀ ਹੈ, ਜਲਦੀ ਜਲਦੀ ਕਰੋ ਮੋਟਰ ਬੰਦ ਕਰਨੀ। ਫਤਿਹ ਦੇਖੋ, ਫਤਿਹ ਕਿੰਨੀ ਕਿੰਨੀ ਸਫਾਈ ਕਰਨੀ, ਮੇਰੇ ਤੇ ਪਾਣੀ ਪਾ ਦੇ ਲੱਗੀ। ਸ਼ਾਬਾਸ਼ ਸ਼ਾਬਾਸ਼, ਬਸ ਇੱਥੋਂ ਪਹਿਲਾਂ ਮਿੱਟੀ ਕੱਢੋ ਬਾਹਰ ਨੂੰ, ਆਪਣੀ ਮੰਮਾ ਦੀ, ਆਪਣੇ ਪਾਪਾ ਦੀ, ਆਪਣੀ ਸਾਰੀ ਫੈਮਿਲੀ ਦੀ ਐਵੇਂ ਹੈਲਪ ਕਰਿਆ ਕਰੋ, ਗੁੱਡ ਹੈਬਿਟ। ਗੁਰਸੀਤ, ਗੁਰਫਤਿਹ ਬਹੁਤ ਹੈਲਪ ਕਰਦੇ ਨੇ ਸਾਡੀ,
ਸ਼ਾਬਾਸ਼ ਦੂਸਰਾ ਵਾਈਪਰ ਨਹੀਂ ਲੈ ਕੇ ਆਈ ਸੇ ਤੂੰ ਲੈ ਲਾ ਬੇਟਾ ਇੱਥੋਂ ਕੱਢੋ ਦੇਖੀ ਮਿੱਟੀ ਨਾ ਮੈਂ ਦੂਜਾ ਵਾਈਪਰ ਲੈ ਆਂਦਾ ਲੈ ਕੇ ਅੰਦਰ ਸ਼ਾਬਾਸ਼ ਅੰਦਰਲੇ ਬਾਥਰੂਮ ਚ ਆਰਾਮ ਨਾਲ ਆਰਾਮ ਪਤਾ ਇੱਥੇ ਹੋਏਗਾ ਇਹ ਅੰਦਰ ਵਾਲਾ ਹੀ ਇੱਥੇ ਇੱਥੇ ਹੋਏਗਾ ਬਾਥਰੂਮ ਬਾਹਰ ਦੇਖ हो चल शाबाश झट उठ गया सिर को उठा भी नहीं जाता है ना फते बड़ा काम करता है सिर भी मेरी बड़ी सोहना काम कर दी शाबाश मेरा गोला मोला है सिर है सिर ते फते सुकड़ी है काश मैं ते फते ऑपोजिट होंदे क्योंकि फते मोटा होंदा ते मैं पतली होंदी मैं ते पल्लू तो इना लटकना लड़की तो सिर भी बहुत है डांस भी बहुत कर दी है मैं भी बहुत सारी वर्कआउट्स लटकनियां स्किपिंग करनियां सारी एक्सरसाइज मैं रोज भागना कोठे से चढ़ना की करना सीरत नु चारी नु छोटी नेड़े ग्लूकोज लगे है ना ओन्ना ने नाक मार दी छोटी हुंदे नु एंड मैंनु बहुत सारे ग्लूकोज लग गए सन दैट्स व्हाई मेरे ख्याल नाल ता प्रॉब्लम हुंदी है ना हां चारी दा वेट लूज नहीं हुंदा चल कोई नहीं भाई ग्रुप आप ही करनी के सेट जा रहे पानी गंगा मक्खियां दही करके चल कोई गल नहीं पानी ना टोपी सिर न दोपहरे वॉश करांगी तेरा सिर मैं कर सकना मेरा ते तू तो साडा कालू बच्चा चलो 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 हुण फते चलो बंद करके आओ बाहरों पूल दा पाइप गया ते आपा पूल च पानी फिर भरिए हुण मोटर नाल बहुत जल्दी साफ हो गया नहीं ते अगर असी टूटी नाल करने आ थोड़ा बहुत टाइम लगदा है ਉਹਨਾਂ ਨੂੰ ਮੋਟਰ ਦਾ ਪ੍ਰੈਸ਼ਰ ਇੰਨਾ ਸੀ ਤੇ ਪੂਰਾ ਉੱਥੋਂ ਸਾਰਾ ਵਾਟਰ ਇੱਥੇ ਇਕੱਠਾ ਹੋ ਗਿਆ ਜਿਆਦਾ ਈਜ਼ੀ ਹੋ ਗਿਆ ਆਈ ਤੁਹਾਡੀ ਦਾਦੀ ਵੀ ਨਹੀਂ ਘਰ ਹੈਗੇ ਤੇ ਤੁਸੀਂ ਮੇਰਾ ਵੀ ਸਾਰਾ ਤੁਹਾਡੀ ਵੀਡੀਓ ਨੇ ਕੰਮ ਲੇਟ ਕਰਵਾ ਦਿੱਤਾ ਫੱਤੇ ਦੱਸਦੇ ਦੀ ਅਗਲ ਦੰਦਾ ਚਲ ਕੋਈ ਗੱਲ ਸ਼ਾਬਾਸ਼ ਆਪੂ ਓਪਨ ਚਲ ਹੁਣ ਇੱਕੋ ਤਾਂ ਪ੍ਰੈਸ਼ਰ ਵੇਗਾ ਫੱਤੇ ਨਾ ਬੇਟਾ ਜੋ ਅਜੀਬ ਲੱਗ ਜਾਂਦਾ ਸੁਕੜੀ ਬੋਡੀ ਇੱਕ ਸਮੈਲ ਗਈ ਆ ਗਈ ਮੇਰੀ ਦਹੀਂ ਚੇਲ ਵੀ ਆ ਗਈ ਆ ਲੋ ਪ੍ਰੈਸ਼ਰ ਫੱਤੇ ਵਿਚਾਰਾ ਦੇਖੀ ਹੋ ਗਈ ਕਿੱਦਾਂ ਨੂੰ ਫੋਲੋ ਹੋਏਗਾ थोड़ी बहुत एक्सरसाइज भी नहीं की गई है दादू लेके जाने ना सवेरे अज गए दादू दादू कि देखे पेट हो सारे चलो नहा लो हम पानी तू जान के ना डिगी जा हम पानी हम बहुत हो गया सीट बाकी शाम फील करा इना बहुत है ठीक है नहा लो फटाफट जल्दी करो टाइम बहुत ज्यादा हो गया शाबाश जल्दी करो जल्दी फते नो बस फते बस पापा गया आगे तुसी देखो बच्चियां ने सारा पूल साफ भी कर दिता ओ तुहाडी नु बड़ा पूरी सफाई करनी फते बहुत तगड़ा तूफान सी सारे पोर्च दी भी बड़ी सोहनी सफाई बहुत ज्यादा तगड़ा तूफान सी ते बहुत गंद पिया सी पूल च ते भाई ਉਹਨੇ ਕੀਤਾ ਸੀ ਰੱਬ ਫਤੇ ਨੇ ਮੈਂ ਛੱਡ ਕਰ ਲੈਣੀ ਨੇ ਮੈਂ ਅੰਦਰ ਸਫਾਈ ਕਰਦੀ ਸੀ ਸੋ ਤੇ ਇਹਨਾਂ ਨੇ ਬਾਹਰ ਦੀ ਸਾਰੀ ਸਫਾਈ ਕਰ ਦਿੱਤੀ ਸੀ ਬਾਹਰ ਦੀ ਕੋਈ ਨਹੀਂ ਸਫਾਈ ਹੋਰ ਸਾਰੀ ਦੇਖੋ ਵੈਲ ਡਨ ਸਾਰੀ ਸਫਾਈ ਕਰ ਦਿੱਤੀ ਗੁੱਡ ਜੋਬ
ਸਿਆਣੇ ਬੱਚੇ ਨਹੀਂ ਗਿੱਲਾ ਕਰਨਾ ਬੇਟਾ ਉਹਨੇ ਕਰ ਵੀ ਲਿਆ ਬਸ ਅੱਜ ਐਕਸਰਸਾਈਜ਼ ਨਹੀਂ ਹੋਈਆਂ ਇਹਨਾਂ ਦੀਆਂ ਪਾਣੀ ਨਾ ਸ਼ਾਮ ਨੂੰ ਜਿਆਦਾ ਫੀਲ ਕਰਾਂਗੇ ਹੁਣ ਇੰਨਾ ਬੋਲ ਤੇ ਠੀਕ ਹੈ ਚਲੋ ਹੁਣ ਬਾਏ ਕਰ ਦੋ ਇਹਨਾਂ ਨਿਆਣਿਆਂ ਨੇ ਅੱਜ ਕਮਾਲ ਕਰ ਦਿੱਤੀ ਹੈ ਪੂਲ 'ਚ ਬਹੁਤ ਜ਼ਿਆਦਾ ਗੰਦ ਹੋ ਗਿਆ ਸੀ ਪਾਣੀ ਦੇ ਵਿੱਚ ਨਾ ਕਿਉਂਕਿ ਰਾਤੀ ਤੂਫਾਨ ਸੀ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਤਕੜਾ ਤੂਫਾਨ ਸੀ ਜਿਹਦੀ ਵਜ੍ਹਾ ਨਾਲ ਪੂਲ ਸਾਰਾ ਗਾਰਡਨ ਕੋਰਟ ਸਭ ਜਗ੍ਹਾ ਬੁਰਾ ਹਾਲ ਸੀ ਮਿੱਟੀ ਮਿੱਟੀ ਪੂਰੀ ਮਿੱਟੀ ਡਸਟ ਹੀ ਡਸਟ ਪੂਲ 'ਤੇ ਭਰਿਆ ਪਿਆ ਸੀ ਫੁੱਲ ਮੈਂ ਸਵੇਰੇ ਵੇਖਿਆ ਸੀ ਬਟ ਮੈਂ ਆ ਕੇ ਨਹਾਉਣ ਰਹਿ ਗਿਆ ਹੁਣ ਇਹਨਾਂ ਨੇ ਕਮਾਲ ਕਰ ਦਿੱਤੀ ਦੋਵਾਂ ਜਣਿਆਂ ਨੇ ਕਿਸੇ ਦੀ ਹੈਲਪ ਤੋਂ ਬਿਨਾਂ ਪੂਰੀ ਇਹਨੂੰ ਕਿਉਂਕਿ ਇਹਨਾਂ ਨੇ ਪੂਲ ਦੀਆਂ ਟਾਈਲਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਕੱਪੜੇ ਨਾਲ ਸਾਫ਼ ਕਰਕੇ ਸਾਰਾ ਚੰਗੀ ਤਰ੍ਹਾਂ ਸਫਾਈ ਕਰਨੀ ਪੈਂਦੀ ਹੋ ਸਫਾਈ ਹੋ ਕੇ ਇਹਨਾਂ ਨੇ ਇੱਦਾਂ ਹੀ ਕੀਤਾ ਹੋਵੇਗਾ ਸੋ ਬਹੁਤ ਵਧੀਆ ਕੀਤਾ ਸੀਰਤ ਵੈਲ ਡਨ ਅਤੇ ਹੁਣ ਨਹਾਉਣ ਦਾ ਸਿਸਟਮ ਬਣ ਗਿਆ ਬਾਕੀ ਸ਼ਾਮੀ ਪਾਣੀ ਜ਼ਿਆਦਾ ਭਰ ਕੇ ਨਾ ਫਿਰ ਇੰਜੋਏ ਕਰਾਂਗੇ ਹੁਣ ਥੋੜ੍ਹਾ ਲੇਟ ਹੋ ਚੱਲਾ ਕੰਮ ਕਰਨਾ ਬਾਏ ਕਰ ਦੋ ਸਫਾਈ ਅਭਿਆਨ ਤੁਹਾਨੂੰ ਕਿਵੇਂ ਦਾ ਲੱਗਿਆ ਪੂਲ ਦਾ ਐਂਡ ਜੇ ਤੁਹਾਨੂੰ ਅੱਛਾ ਲੱਗਿਆ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਵੀ ਕਰ ਦਿਓ ਤੁਹਾਨੂੰ ਸਾਡਾ ਵਲੌਗ ਕਿਵੇਂ ਦਾ ਲੱਗਿਆ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਨੂੰ ਪ